ਸਾਡਾ ਮੁਲਖ ਇਹ ਆ ਗਏ ਘਰ ਜੀ। ਇਹ ਜਗਿੰਦਰ ਸਿੰਘ ਦੇ ਆ ਗਏ, ਜਿਹੜਾ ਉਹਨਾਂ ਦੇ ਪੁੱਤਰ, ਉਹਨਾਂ ਦੇ 7 ਪੁੱਤਰ ਸੀਗੇ, ਉਹਨਾਂ ਦੇ ਘਰ ਆ ਗਏ। ਕੋਈ ਕੱਚਾ ਮਕਾਨ ਹੈ ਜੀ ਇਹ? ਆਪਣੇ ਜਗਿੰਦਰ ਸਿੰਘ ਦੇ ਦੂਜੇ ਨੰਬਰ ਤੇ ਸਰਦਾਰ ਦਾ ਸਰਦਾਰ ਕੁਲਦੀਪ ਸਿੰਘ। ਹੁਣੇ ਜਿਹੜੇ ਬਾਬੇ ਨੇ ਨਾਂ ਲਏ ਸੀਗੇ ਮੇਨ ਸਾਡੇ ਸੰਧੂਆਂ ਦੇ ਪਿੰਡ ਦੇ, ਉਹ ਆ ਗਏ ਜੇ ਇਹ ਸਾਹਮਣੇ ਤਾਂ ਰੁਕੋ। ਇੱਕ ਇਹ ਲਿਆ ਸੀਗਾ ਵੀਰੂ ਦੇ ਘਰ, ਜਿਹੜੇ ਦੱਸੇ ਸੀਗੇ ਉਹਨਾਂ ਨੇ, ਇਹ ਸਾਹਮਣੇ ਘਰ ਹੁੰਦੇ ਜੋਗਿੰਦਰ ਸਿੰਘ, ਵੇਲਾ ਸਿੰਘ, ਕੇਸਰ ਸਿੰਘ। ਤੁਸੀਂ ਆਪਣੇ ਜਿਹੜੇ ਬਾਬੇ ਦੀ ਵੀਡੀਓ ਆਈ ਆਪਣੇ ਪਾਕਿਸਤਾਨ ਨੂੰ, ਤੇ ਤੁਸੀਂ ਉਹਨਾਂ ਨੇ ਨਾਂ ਲਿਆ ਜੋਗਿੰਦਰ ਸਿੰਘ ਦਾ? ਹਾਂਜੀ, ਮੈਂ ਉਹਦਾ ਪੁੱਤਰ ਹਾਂ। ਹਾਂਜੀ, ਤੇ ਅਮਰ ਸਿੰਘ? ਅਮਰ ਸਿੰਘ ਮੇਰਾ ਬਾਬਾ ਲੱਗਦਾ। ਬਾਬਾ ਲੱਗਦਾ ਸੀ, ਤੇ ਉਹਨਾਂ ਨੇ ਲਿਆ ਸਧਾਣੀ ਤਲਾ ਦਾ ਨਾਂ? ਆਹੋ, ਵੇਲਾ ਸਿੰਘ ਮੇਰਾ ਬਾਬਾ ਸੀ। ਹਾਂਜੀ ਹਾਂਜੀ, ਇਹ ਸਧਾਣੀ ਤਲਾ ਆ ਗਿਆ ਜੀ, ਵੇਲਾ ਸਿੰਘ ਇਹ ਸਧਾਣੀ ਤਲਾ ਆ ਗਿਆ ਜੀ। ਅਸਲਾਮ ਵਾਲੇਕਮ ਜੀ, ਸਤਿ ਸ਼੍ਰੀ ਅਕਾਲ, ਆਦਾਬ ਦੋਸਤੋ। ਸਭ ਤੋਂ ਪੰਜਾਬ ਦੀ ਟੀਮ ਪਿੰਡ ਮਾਛੀਕੇ ਦੇ ਵਿੱਚ ਪਹੁੰਚੇ ਹਾਂ, ਅਤੇ ਸਾਡੇ ਸਾਹਮਣੇ ਜਿਹੜੇ ਬਜ਼ੁਰਗ ਬੈਠੇ ਨੇ, ਇਹਨਾਂ ਦਾ ਚੰਦ ਦਿਨ ਪਹਿਲਾਂ ਅਸੀਂ ਇੰਟਰਵਿਊ ਕੀਤਾ ਸੀ। ਇਹਨਾਂ ਦਾ ਪਿਛਲਾ ਪਿੰਡ ਰਾਣੀਪੁਰ ਸੀ, ਇਹਨਾਂ ਦੀ ਵੀਡੀਓ ਇਹਨਾਂ ਦੇ ਪਿੰਡ ਤੱਕ ਪਹੁੰਚੀ, ਅਤੇ ਸਾਨੂੰ ਸਾਰੇ ਪਿੰਡ ਵਾਲਿਆਂ ਨੇ ਰਾਬਤਾ ਕੀਤਾ। ਕੋਈ ਇੰਗਲੈਂਡ ਤੋਂ, ਕੈਨੇਡਾ ਤੋਂ, ਅਮੈਰੀਕਾ ਤੋਂ, ਅਤੇ ਇਹਨਾਂ ਦੇ ਪਿੰਡ ਇੰਡੀਆ ਤੋਂ ਕਾਫੀ ਫੋਨ ਆਏ, ਨਾਲ ਦੇ ਪਿੰਡਾਂ ਦੇ ਵਿੱਚੋਂ ਵੀ ਫੋਨ ਆਏ। ਜਿਹੜੇ ਬਾਬਾ ਜੀ ਨੇ ਨਾਂ ਦੱਸੇ ਆਪਣੇ ਯਾਰਾਂ ਦੇ, ਉਹਨਾਂ ਦੇ ਖਾਨਦਾਨਾਂ ਨੇ ਵੀ ਸਾਡੇ ਨਾਲ ਰਾਬਤਾ ਕੀਤਾ, ਅਤੇ ਸਾਨੂੰ ਉਸ ਪਿੰਡ ਦੀ ਅਤੇ ਉਸ ਆਲੇ ਦੁਆਲੇ ਪਿੰਡਾਂ ਦੀ ਥੋੜ੍ਹੀ ਜਿਹੀ ਵੀਡੀਓ ਸੈਂਡ ਕੀਤੀ ਹੈ, ਜਿਹੜੀ ਅਸੀਂ ਅੱਜ ਬਾਬਾ ਜੀ ਨੂੰ ਵਿਖਾਉਣ ਆਏ ਹਾਂ, ਅਤੇ ਨਾਲ ਅਸੀਂ ਇਹਨਾਂ ਦੀ ਗੱਲ ਕਰਵਾਵਾਂਗੇ ਇਹਨਾਂ ਦੇ ਪਿੰਡ ਵਾਲਿਆਂ ਦੇ ਨਾਲ, ਉਹ ਖਾਨਦਾਨਾਂ ਦੇ ਨਾਲ ਵੀ ਗੱਲ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜਿਨ੍ਹਾਂ ਦਾ ਬਜ਼ੁਰਗ ਨਾਂ ਲੈਂਦੇ ਨੇ। ਆਓ ਹੁਣ ਇਹਨਾਂ ਨੂੰ ਪਿੰਡ ਦੀ ਵੀਡੀਓ ਦਿਖਾਈਏ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਇਹ ਤਾਂ ਜੀ ਬੋਲੋ, ਮੈਨੂੰ ਬੰਦ ਕਰ ਦਿਓ। ਤੁਸੀਂ ਆਪਣੇ ਜਿਹੜੇ ਬਾਬੇ ਦੀ ਵੀਡੀਓ ਆਈ ਆਪਣੇ ਪਾਕਿਸਤਾਨ ਨੂੰ, ਤੇ ਤੁਸੀਂ ਉਹਨਾਂ ਨੇ ਨਾਂ ਲਿਆ ਜੋਗਿੰਦਰ ਸਿੰਘ ਦਾ? ਹਾਂਜੀ, ਮੈਂ ਉਹਦਾ ਪੁੱਤਰ ਹਾਂ। ਹਾਂਜੀ, ਤੇ ਅਮਰ ਸਿੰਘ? ਅਮਰ ਸਿੰਘ ਮੇਰਾ ਬਾਬਾ ਲੱਗਦਾ। ਬਾਬਾ ਲੱਗਦਾ ਸੀ, ਤੇ ਉਹਨਾਂ ਨੇ ਲਿਆ ਸਧਾਣੀ ਤਲਾ ਦਾ ਨਾਂ? ਆਹੋ, ਵੇਲਾ ਸਿੰਘ ਮੇਰਾ ਬਾਬਾ ਸੀ। ਹਾਂਜੀ ਹਾਂਜੀ, ਇਹ ਸਧਾਣੀ ਤਲਾ ਆ ਗਿਆ ਜੀ, ਵੇਲਾ ਸਿੰਘ ਇਹ ਸਧਾਣੀ ਤਲਾ ਆ ਗਿਆ ਜੀ। ਤੇ ਹੁਣ ਅਸੀਂ ਥੋੜ੍ਹੀ ਜਿਹੀ ਅੱਗੇ ਚੱਲਣਾ, ਬਾਬੇ ਨੂੰ ਵੀਡੀਓ ਭੇਜਣੀ ਸੀਗੀ, ਚਲੋ ਤਾਂ ਜਾਣ ਦੋ ਅੱਗੇ। ਇਹ ਬਾਬੇ ਨੇ ਨਾਂ ਲਿਆ ਸੀਗਾ, ਇਹ ਆ ਗਿਆ ਜੀ ਸਧਾਣੀ ਦਾ। ਉਹ ਪਹਿਲਾਂ ਤਾਂ ਭਰਿਆ ਸੀ, ਤੇ ਹੁਣ ਇਹ ਨਵੇਂ ਸਿਰੋਂ ਤਿਆਰ ਹੋਇਆ ਜੀ, ਤੇ ਹੁਣ ਇਹਦੀ ਮੁਰੰਮਤ ਚੱਲ ਰਹੀ ਹੈ। ਹਾਂਜੀ, ਕੀ ਆ ਮੇਰੇ ਹਰਾ ਹਰਾ ਘਾਹ ਹੈ, ਸਾਡਾ ਮੁਲਖ। ਉਹ
ਬਾਬੇ ਨੇ ਇੱਕ ਕੇਸਰ ਤਰਖਾਣ ਦਾ ਨਾਂ ਲਿਆ ਸੀ। ਇਹ ਉਹਨਾਂ ਦੇ ਘਰ ਆ ਗਏ। ਇਹ ਹੁਣ ਪਿੰਡ ਦੇ ਵਿੱਚ ਨਹੀਂ ਜਾ ਸਕੇ, ਅਸੀਂ ਬਾਹਰੋਂ ਬਾਰੀ ਬਣਾਉਂਦੇ ਹਾਂ। ਸਾਹਮਣੇ ਇਹ ਕੇਸਰ ਦੇ ਘਰ ਹੁਣੇ ਜਿਹੜੇ ਬਾਬੇ ਨੇ ਨਾਂ ਲਏ ਸੀਗੇ ਮੇਨ ਸਾਡੇ ਸੰਧੂਆਂ ਦੇ ਪਿੰਡ ਦੇ, ਉਹ ਆ ਕੇ ਜੇ ਇਹ ਸਾਹਮਣੇ ਤਾਂ ਰੁਕੋ, ਇੱਕ ਇਹ ਲਿਆ ਸੀਗਾ ਵੀਰੂ ਦੇ ਘਰ ਜਿਹੜੇ ਦੱਸੇ ਸੀਗੇ ਉਹਨਾਂ ਨੇ, ਇਹ ਸਾਹਮਣੇ ਘਰ ਹੁੰਦੇ ਜੋਗਿੰਦਰ ਸਿੰਘ, ਵੇਲਾ ਸਿੰਘ, ਕੇਸਰ ਸਿੰਘ, ਅਮਰ ਸਿੰਘ, ਇਹ ਉਹਨਾਂ ਦੇ ਨਵੇਂ ਘਰ ਨੇ। ਇਹ ਸਾਹਮਣੇ ਆ ਗਏ ਜੀ। ਇਹ ਵੇਲਾ ਸਿੰਘ ਦਾ ਪਰਿਵਾਰ ਆ ਗਿਆ, ਸਵਰਨ ਸਿੰਘ ਹੋਣਾ, ਚਲੋ ਤਾਂ ਅੱਗੇ ਜਾਣ ਥੋੜ੍ਹਾ ਜਿਹਾ, ਗੂਰ ਸਿੰਘ ਹੋਣਾ, ਬਹਾਦਰ ਸਿੰਘ ਹੁੰਦਾ, ਚੱਲ ਜਾਣ। ਇਹ ਆ ਗਏ ਘਰ ਜੀ। ਇਹ ਜੋਗਿੰਦਰ ਸਿੰਘ ਦੇ ਆ ਗਏ ਜਿਹੜੇ ਉਹਨਾਂ ਦੇ ਪੁੱਤਰ ਆ, ਉਹਨਾਂ ਦੇ ਸੱਤ ਪੁੱਤਰ ਸੀਗੇ, ਉਹਨਾਂ ਦੇ ਘਰ ਆ ਗਏ। ਕੋਈ ਕੱਚਾ ਮਕਾਨ ਹੈ ਜੀ? ਇਹ ਆਪਣੇ ਜੋਗਿੰਦਰ ਸਿੰਘ ਦੇ ਦੂਜੇ ਨੰਬਰ ਦੇ ਸਰਦਾਰ ਦਾ, ਸਰਦਾਰ ਕੁਲਦੀਪ ਸਿੰਘ, ਇਹ ਜੋਗਿੰਦਰ ਸਿੰਘ ਦਾ ਪਰਿਵਾਰ। ਅੱਗੇ ਜਾਂਦੇ ਇਹ ਜੈਣੀ ਨੂੰ ਰਸਤਾ ਚੱਲ ਗਿਆ ਜੀ। ਇਹ ਸਾਹਮਣੇ ਇਹ ਇਹਦੇ ਦਾਦਿਆਂ ਨਾਲ ਗਿਆ, ਇਹ ਅਮਰ ਸਿੰਘ ਦਾ ਪਰਿਵਾਰ ਆ ਗਿਆ। ਇਹ ਹਾਂਜੀ ਜਾਣ ਤੋਂ, ਇਹ ਅਮਰ ਸਿੰਘ ਦਾ ਪਰਿਵਾਰ ਆ ਗਿਆ। ਬੜੇ ਸ਼ਾਹੀ ਗੇੜ ਲਾਏ ਨੇ ਜਾਂ ਤੋਂ ਅੱਗੇ। ਬਾਬੇ ਨੇ ਵੀਡੀਓ ਭੇਜੀ ਸੀਗੀ, ਇਹ ਸਾਹਮਣੇ ਹੁਣ ਸਕੂਲ ਬਣਿਆ ਉੱਥੇ, ਇਹਨਾਂ ਤੋਂ ਕੋਈ ਕਿਲੋਮੀਟਰ ਅੱਗੇ ਇਹਨਾਂ ਦੇ ਨਾ ਅੱਗੇ ਖੇਤਾਂ ਤੋਂ ਅੱਗੇ ਇਹਨਾਂ ਦੇ ਪਿੰਡ ਸੀ, ਹੁਣ ਤੇ ਉੱਥੇ ਬਮਣਾਂ ਦੇ ਘਰ ਪੈ ਗਏ ਆ, ਉੱਥੇ ਤਾਂ ਹੁਣ ਉਹ ਹੈਗਾ ਨਹੀਂ ਕੋਈ। ਅਤੇ ਹਾਂ ਦਾ ਇਹਨਾਂ ਮੁੰਡੇ ਦੇ ਪਿਓ ਦੇ ਨਾਲ ਇਹ ਹਰਸਾਲ ਸਿੰਘ ਹੁੰਦੇ ਆ ਗਏ ਪਰਿਵਾਰ। ਹਾਂਜੀ ਨੱਥਾ ਸਿੰਘ, ਹਾਂ ਨੱਥਾ ਸਿੰਘ ਹੁੰਦੇ ਅੱਗੇ ਉਹਨਾਂ ਦੇ ਪੁੱਤਰ, ਅੱਗੇ ਉਹਨਾਂ ਦਾ ਵੰਸ਼ ਚੱਲਣ ਡਿਆ, ਹਰਸਾਲ ਸਿੰਘ ਹੋਣੀ। ਇਹ ਹੁਣ ਸਕੂਲ ਪੈ ਗਿਆ ਇੱਥੇ, ਇਹ ਸਕੂਲ ਆ ਗਿਆ ਜੀ ਜਿਹੜਾ ਬਾਬਾ ਦੱਸਣ ਡਿਆ ਸੀ ਨਾ। ਇਹ ਸਾਹਮਣੇ ਜਿਹੜਾ ਲੱਭਣ ਡਿਆ ਨਾ, ਦੋ ਚਾਰ ਘਰ ਅੱਗੇ ਉਹ ਸਾਹਮਣੇ ਲੱਭਣ ਡਿਆ ਜਿਹੜਾ ਦਰਖਤਾਂ ਦੇ ਪਿੱਛੇ, ਇਹਨਾਂ ਦੇ ਇੱਥੇ ਇਹਨਾਂ ਦਾ ਉਹ ਹੁੰਦਾ ਜੀ ਆਪਣਾ ਪਰਿਵਾਰ ਸਾਰਾ। ਫਕੀਰ ਦਾ ਖੂਹ ਇਹ ਆ, ਫਕੀਰ ਦਾ ਖੂਹ ਆ ਗਿਆ, ਇਹ ਮੰਦਰ ਆ ਗਿਆ, ਇਹ ਮੰਦਰ ਆ ਗਿਆ, ਇਹ ਬਾਬਾ ਪੀਰ ਦੀ ਜਗ੍ਹਾ। ਹਾਂ ਇਹ ਆ ਗਿਆ ਜੀ, ਇਹ ਬੋਰਡ ਜਿਹੜੀ ਆ ਗਈ ਉੱਥੇ ਹੁੰਦੀ ਸੀ ਬਾਬੇ ਨੂੰ ਪਤਾ ਹੀ ਹੋਣਾ। ਦੁਕਾਨਾਂ ਬੜੀਆਂ ਗਾ ਦੇਖ ਲਈ ਦਰਗਾਹ, ਹਾਂਜੀ ਠੀਕ ਹੈ। ਕੈਸਾ ਲੱਗਾ? ਹਾਂਜੀ ਕੈਸਾ ਲੱਗਾ ਵੇਖ ਕੇ? ਚੰਗਾ ਹੈ। ਆਪਣੀ ਧਰਤੀ ਵੇਖ ਲਈ? ਏ ਵੇਖ ਲਈ, ਹੋਏ 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 ਹੈ ਬਾਬਾ ਜੀ। ਹਾਂਜੀ ਕਿੱਦਾਂ ਦਾ ਲੱਗਾ ਵੇਖ ਕੇ? ਉਹ ਚੰਗਾ ਹੈ, ਮੁਲਕ ਬਦਲ ਗਿਆ ਵਾ ਹੁਣ ਉੱਧਰ ਵੀ। ਹਾਂ ਇਹ ਹੈ ਵੀ ਇੱਧਰ ਕੰਧਾਂ ਨਹੀਂ ਕੀਤੀ ਜੀ, ਸਾਡੇ ਲਬਾੜਾ ਹੁੰਦੀ ਹੈ ਨੀ, ਉਸੇ ਤਰ੍ਹਾਂ ਦਰਖਤ ਲੱਗੇ ਜੀ ਉੱਧਰ ਦੀ ਉੱਧਰ ਉੱਧਰ। ਤੁਹਾਡੇ ਯਾਰਾਂ ਦੇ ਘਰ ਵੀ ਵਿਖਾਏ ਉਹਨਾਂ ਨੇ, ਵੇਖੇ ਨੇ ਯਾਰਾਂ ਦੇ ਘਰ। ਉਹ ਲੋਕ ਕਹਿੰਦੇ ਨੇ ਬਾਬੇ ਨੂੰ ਭੇਜੋ ਉੱਧਰ। ਅੱਛਾ ਅਸੀਂ ਆਪਣਾ ਖਰਚਾ ਕਰਾਂਗੇ, ਅਸੀਂ ਪਿੰਡ ਵਿਖਾਵਾਂਗੇ ਬਾਬੇ ਨੂੰ। ਚਲੋ ਜਾਣਾ ਜੇ ਫਿਰ ਫਿਰ ਜਾਵਾਂਗੇ, ਪਰ ਜਾਵਾਂ
ਉਧਰ ਹੀ ਘੁੱਟ ਭਰ ਛੜਿਆ ਕਿਤੇ ਹੈ ਕਿਉਂ ਹੋਏ ਉਹ ਨਹੀਂ ਕੁਝ ਨਹੀਂ ਕਹਿੰਦੇ ਹੁਣ ਨਾਲ ਹੀ ਬਾਬਾ ਡਰ ਵੀ ਗਿਆ ਯਾਰ ਮੇਰੇ ਕੋਲ ਤੁਰਿਆ ਵੀ ਨਹੀਂ ਜਾਂਦਾ ਕੋਈ ਨਾਲ ਕੋਈ ਬੰਦਾ ਹੋਵੇ ਤੇ ਫੇਰ ਹੀ ਉਹ ਪਿੰਡ ਦੇ ਤੁਹਾਡੇ ਨਾਲ ਹੀ ਹੋਣਗੇ ਸਾਰੇ ਫੇਰ ਠੀਕ ਹੈ ਦਿਲ ਖੁਸ਼ ਹੋਇਆ ਵੇਖ ਕੇ ਪਿੰਡ ਉਦੋਂ ਕੁਝ ਪਿੰਡ ਹੋਰ ਵੀ ਹੁਣ ਹੋਰ ਚਲੋ ਜੀ ਹੁਣ ਤੁਹਾਡੀ ਗੱਲ ਕਰਵਾਉਣ ਲੱਗੇ ਹਾਂ ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈੱਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।